ਸਾਡੇ ਕੋਲ ਐਲਸੀਡੀ ਦਾ ਫੁੱਲ ਸੋਲੂਸ਼ਨ ਹੈ ਕੋਈ ਵੀ ਮੇਨ ਅਸੀਂ ਸੁਣਿਆ ਸੀ ਕਿ ਕੋਈ ਮਸ਼ੀਨ ਹੈ ਜਿਹਦੇ ਨਾਲ ਸਾਰੀ ਰਿਪੇਅਰਿੰਗ ਹੁੰਦੀ ਹੈ ਸਤਾਈ ਤੱਕ ਦੇਖੀ ਹਾਂਜੀ ਹਾਂਜੀ ਇਹ ਮਸ਼ੀਨ ਸਾਡੇ ਕੋਲ ਲੱਗੀ ਹੈ ਥੋੜੀ ਸਰਵਿਸ ਸੈਂਟਰ ਹੀ ਪਾਈਨੀਅਰ ਡੀਜੇ ਦਾ ਪਾਈਨੀਅਰ ਜਿਸ ਤਰ੍ਹਾਂ ਮਿਕਸਰ ਹੁੰਦੇ ਆ ਪਿੱਚਾਂ ਵਗੈਰਾ ਸਾਰੀਆਂ ਉਹਦਾ ਵੀ ਟੋਟਲ ਰਿਪੇਅਰ ਸਾਡੇ ਕੋਲ ਹੈਗੀ ਹੈ ਸਾਰਾ ਸਿਲੋਸਕੋਪ ਤੇ ਸਾਰਾ ਇਹਦੇ ਨਾਲ ਐਂਪਲੀਫਾਇਰ ਦੀ ਪੂਰੀ ਟੈਸਟਿੰਗ ਅਸੀਂ ਕਰਦੇ ਹਾਂ ਸਾਰੇ ਸਾਡੇ ਕੋਲ ਟੂਲ ਹਰ ਚੀਜ਼ ਹੈਗੀ ਨਾ ਜਿਹਦੇ ਨਾਲ ਆਪਾਂ ਸੈੱਟ ਕਰੀਦਾ ਠੀਕ ਹੈ ਜੀ ਹਾਂਜੀ ਇਹ ਵੀ ਅਸੀਂ ਖੁਦ ਵਾਈਂਡ ਕਰਦੇ ਅਗਰ ਕਿਸੇ ਦਾ ਸੜ ਜੇ ਜਾਂ ਨਵੇਂ ਅਸੀਂ ਐਂਪਲੀਫਾਇਰ ਬਣਾਉਂਦੇ ਉਹਦੇ ਵਿੱਚ ਵੀ ਇਹ ਵਾਈਂਡ ਕਰਕੇ ਖੁਦ ਲਾਈਦਾ ਅੱਛਾ ਉਹ ਇਸ ਮਸ਼ੀਨ ਨਾਲ ਲੱਗਦਾ ਹੈ ਇਸ ਮਸ਼ੀਨ ਨਾਲ ਬਣਦਾ ਹੈ ਠੀਕ ਹੈ ਜੀ ਸਤਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਣੇ ਰਾਮ ਗੜੀਆ ਅਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਨਲੋਕ ਬਾਜ਼ਾਰ 'ਤੇ ਅੱਜ ਅਸੀਂ ਆਏ ਹਾਂ ਜੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਤੇ ਇਸ ਟਾਈਮ ਅਸੀਂ ਹਾਲ ਬਾਜ਼ਾਰ ਦੇ ਵਿੱਚ ਹਾਂ ਜੀ ਇੱਥੇ ਐੱਚ ਐੱਸ ਇਲੈਕਟ੍ਰੋਨਿਕਸ ਹੈ ਜੀ ਹਰਪਾਲ ਸਿੰਘ ਜੀ ਦੇ ਨਾਮ ਤੋਂ ਜੋ ਚੱਲ ਰਿਹਾ ਅਤੇ ਉਹਨਾਂ ਕੋਲ ਰਿਪੇਅਰਿੰਗ ਦਾ ਕੰਮ ਹੈ ਜੀ ਬੇਸਿਕਲੀ ਮਤਲਬ ਐੱਲ ਈ ਡੀਜ਼ ਦੀ ਰਿਪੇਅਰਿੰਗ ਹੈ ਔਰ ਜੇ ਉਹਦੀ ਮਸ਼ੀਨ ਹੈ ਕਾਫੀ ਕੁਛ ਰਿਪੇਅਰ ਹੁੰਦਾ ਉਹਦੇ 'ਤੇ ਔਰ ਉਹ ਬਹੁਤ ਘੱਟ ਹੈ ਸਾਡੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਮਸ਼ੀਨ ਹੀ ਹੈ ਜੀ ਜੋ ਸਭ ਤੋਂ ਪਹਿਲਾਂ ਇਹਨਾਂ ਨੇ ਲਗਾਈ ਹੈ ਸੋ ਅੱਜ ਇਹਨਾਂ ਦਾ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਕੋਲ ਕੀ ਕੁਛ ਕੰਮ ਹੁੰਦਾ ਅਤੇ ਤੁਹਾਡੇ ਬੜੇ ਫਾਇਦੇ ਜੀ ਅਤੇ ਜ਼ਰੂਰ ਦੇਖੋ ਜੀ ਕੋਈ ਵੀ ਫਾਲਟ ਹੋਵੇ ਲਾਈਨ ਆਉਂਦੀ ਹੋਵੇ ਪਟਾ ਚਿੱਟੀ ਫੋਟੋ ਪੈਨਲ ਫੁੱਲ ਰਿਪੇਅਰ ਸਾਡਾ ਕੰਮ ਹੈ ਐਲ ਸੀ ਡੀ ਦੀ ਕੋਈ ਵੀ ਪੈਨਲ ਕੁਛ ਵੀ ਨੁਕਸ ਹੋਵੇ ਅਗਰ ਬ੍ਰੇਕ ਨਵੇਂ ਵੀ ਹੁੰਦੇ ਆ ਟੋਟਲ ਔਰ ਨਾਲ ਡੀਜੇ ਸਾਊਂਡ ਦਾ ਰਿਪੇਅਰ ਦਾ ਕੰਮ ਉਹ ਵੀ ਹੈਗਾ ਸਾਡਾ ਡੀਜੇ ਸਾਊਂਡ ਦਾ ਵੀ ਹਾਂਜੀ ਤੇ ਮੇਨ ਅਸੀਂ ਸੁਣਿਆ ਸੀ ਕਿ ਕੋਈ ਮਸ਼ੀਨ ਹੈ ਜਿਹਦੇ ਨਾਲ ਸਾਰੀ ਰਿਪੇਅਰਿੰਗ ਹੁੰਦੀ ਹੈ ਸਤਾਈ ਤੱਕ ਦੇਖੀ ਹਾਂਜੀ ਹਾਂਜੀ ਇਹ ਮਸ਼ੀਨ ਸਾਡੇ ਕੋਲ ਲੱਗੀ ਆ ਇਧਰ ਲਈ ਜਦੋਂ ਆਉਂਦੀ ਆ ਪਹਿਲਾਂ ਇੱਥੇ ਚੈੱਕ ਕੀਤੀ ਜਾਂਦੀ ਆ ਚੈੱਕ ਕਰਕੇ ਫਿਰ ਖੋਲ੍ਹ ਕੇ ਫਿਰ ਪੈਨਲ ਸਾਡਾ ਉੱਧਰ ਮਸ਼ੀਨ ਵੱਲ ਚਲੇ ਜਾਂਦਾ ਹੈ ਦੇਖੋ ਜਿਸ ਤਰ੍ਹਾਂ ਬਰਨ ਹੋ ਗਿਆ ਸੀ ਹੁਣ ਇਹਨੂੰ ਅਸੀਂ ਪੁੱਟਾਂਗੇ ਇਹਦੇ ਨਾਲ ਠੀਕ ਹੈ ਜੀ ਜਿਸ ਤਰ੍ਹਾਂ ਦੇਖੋ ਇੱਥੋਂ ਸੜ ਗਿਆ ਜਲ ਗਿਆ ਹੈ ਹਾਂਜੀ ਅੱਜ ਕੱਲ੍ਹ ਜਲ ਗਿਆ ਕੈਮਰੇ ਸ਼ਾਇਦ ਨਾ ਦਿਖੇ ਪਰ ਇਹਨੂੰ ਫਿਰ ਬਾਅਦ 'ਚੋਂ ਨਵਾਂ ਲੱਗੇਗਾ ਹੁਣ ਇਹ ਅਸੀਂ ਮਸ਼ੀਨ 'ਤੇ ਚੇਂਜ ਕਰਾਂਗੇ ਠੀਕ ਹੈ ਜਿਸ ਤਰ੍ਹਾਂ ਹੁਣ ਅਸੀਂ ਕੋਪ ਪੁੱਟਿਆ ਸੀ ਉਹਨੂੰ ਦੁਬਾਰਾ ਮੈਡਮ ਇਹ ਨਵਾਂ ਲਗਾ ਰਹੀ ਹੈ ਅੱਛਾ ਇਹਨੂੰ ਪੂਰਾ ਕਲੀਨ ਕਰਕੇ ਡਸਟ ਤੋਂ ਡਸਟ ਨਹੀਂ ਬਿਲਕੁਲ ਰਹਿਣੀ ਚਾਹੀਦੀ ਅੱਛਾ ਇਹਦੇ 'ਤੇ ਉਹ ਸਾਰਾ ਕਲੀਨ ਦਾ ਹਾਂਜੀ ਜੇ ਡਸਟ ਰਹਿ ਗਈ ਫਿਰ ਦੁਬਾਰਾ ਲਾਈਨ ਆਏਗੀ ਅੱਛਾ ਜੀ ਸਿਰ ਮੜੀ ਡਸਟ ਕਰਕੇ ਜਿਹੜੀ ਲਾਈਨ ਹੁੰਦੀ ਸਾਰੀ ਇਸ ਹਾਂਜੀ ਮਾਈਕਰੋਸਕੋਪ ਚ ਦੇ ਪੂਰੇ ਥੋੜੀ ਜਿਹੀ ਡਸਟ ਆ ਗਈ ਨਾਲ ਹੀ ਲਾਈਨ ਆ ਜਾਣੀ ਹੈ ਚੱਲਣਾ ਨਹੀਂ ਸਹੀ ਸਾਡਾ ਰਿਜ਼ਲਟ ਨਹੀਂ ਸਹੀ ਆਏਗਾ ਤਾਂ ਹੀ ਤੁਸੀਂ ਪੂਰੇ ਪ੍ਰੋਪਰ ਹਾਂਜੀ 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 ਇਸ ਤੋਂ ਬਾਅਦ ਜਿਸ ਤਰ੍ਹਾਂ ਬਣ ਗਿਆ ਹੁਣ ਆਪਾਂ ਉੱਧਰ ਮਸ਼ੀਨ 'ਤੇ ਚੱਲ ਜਾਣਾ
ਵੀ ਦੇਖਦੇ ਆ ਜੋ ਡੀਜੇ ਸੌਂਗ ਦਾ ਭਾਜੀ ਹੋਰੀ ਕਹਿ ਰਹੇ ਉਹਦੀ ਫੇਰਿੰਗ ਦਾ ਕੰਮ ਵੀ ਹੁੰਦਾ ਉਹ ਵੀ ਆਪਾਂ ਦੇਖਦੇ ਹਾਂ सारे इंस्ट्रूमेंट्स ने जिस तरह आया देखो ऑन करना है ਸਾਡੇ ਇੰਜੀਨੀਅਰ ਵੀ ਸਾਰੇ ਮਤਲਬ ਕਿ 20-20 ਸਾਲ ਹੋ ਗਏ ਨੇ ਪੂਰੇ ਐਕਸਪਰਟ ਇੰਜੀਨੀਅਰ ਨੇ ਸਾਰੇ ਜਿਹੜਾ ਵੀ ਕੰਮ ਕਰਦੇ ਤਜਰਬੇਕਾਰ ਟੀਮ ਹੈ ਜੀ ਸਾਰੇ ਹਾਂਜੀ ਹਾਂਜੀ ਇਥੋਂ ਕਰ ਦਿੰਦੇ ਸਾਰ ਇਹਦੇ ਨਾਲ ਸਾਰਾ ਆਸਿਲੋਸਕੋਪ ਸਾਰਾ ਇਹਦੇ ਨਾਲ ਐਮਪਲੀਫਾਇਰ ਦੀ ਪੂਰੀ ਟੈਸਟਿੰਗ ਅਸੀਂ ਕਰਦੇ ਹਾਂ ਸਾਰੇ ਸਾਡੇ ਕੋਲ ਟੂਲ ਹਰ ਚੀਜ਼ ਹੈਗੀ ਨਾ ਜਿਹਦੇ ਨਾਲ ਆਪਾਂ ਸੈੱਟ ਕਰੀਦਾ ਠੀਕ ਹੈ ਜੀ ਹਾਂਜੀ ਪਰ ਇਹ ਸਰਵਿਸ ਸੈਂਟਰ ਹੀ ਪਾਇਨੀਅਰ ਡੀਜੇ ਦਾ ਪਾਇਨੀਅਰ ਜਿਸ ਤਰ੍ਹਾਂ ਮਿਕਸਰ ਹੁੰਦੇ ਆ ਪਿੱਛਾ ਵਗੈਰਾ ਸਾਰੀਆਂ ਉਹਦਾ ਵੀ ਟੋਟਲ ਰਿਪੇਅਰ ਸਾਡੇ ਕੋਲ ਹੈਗੀ ਆ ਅੱਛਾ ਤੁਹਾਡੇ ਕੋਲ ਦਾ ਆਥੋਰਾਈਜ਼ਡ ਆਥੋਰਾਈਜ਼ਡ ਸਰਵਿਸ ਸੈਂਟਰ ਹੈ ਚਲੋ ਇਹ ਵੀ ਗੱਲ ਤੁਸੀਂ ਰੱਖਣੀ ਆ ਧਿਆਨ ਚ ਜੇਕਰ ਲੋਡ ਪੈਂਦੀ ਹੈ ਤੁਹਾਨੂੰ ਪਾਇਨੀਅਰ ਦੇ ਰਿਗਾਰਡਿੰਗ ਕੁਝ ਵੀ ਤਾਂ ਭਾਜੀ ਹੋਰਾਂ ਕੋਲਾਂ ਦੀ ਆਥੋਰਾਈਜ਼ਡ ਜੋ ਹੁੰਦੇ ਆ ਰਾਈਟਸ ਹੈਗੇ ਹੁੰਦੇ ਭਾਜੀ ਹੋਰਾਂ ਕੋਲ ਔਰ ਇਹ ਕਰਕੇ ਦਿੰਦੇ ਆਪਾਂ ਨੇ ਦੱਸ ਰੱਖਣਾ ਐਮਪਲੀਫਾਇਰ ਦੀ ਟ੍ਰਾਂਸਫਾਰਮਰ ਵਾਈਂਡ ਕਰਨ ਵਾਸਤੇ ਆ ਅੱਛਾ ਜਿਸ ਤਰ੍ਹਾਂ ਐਮਪਲੀਫਾਇਰ ਦੇ ਵਿੱਚ ਆ ਟ੍ਰਾਂਸਫਾਰਮਰ ਇੱਧਰ ਆਇਆ ਆ ਜੀ ਅਸੀਂ ਭਾਜੀ ਹੋਰਾਂ ਨੇ ਸਾਨੂੰ ਸਾਰਾ ਦਿਖਾਇਆ ਜੋ ਇਹਨਾਂ ਦਾ ਡੀਜੇ ਸਾਊਂਡ ਠੀਕ ਕਰਨ ਦਾ ਲਾਈਟਿੰਗ ਦਾ ਜੋ ਲਾਈਟਿੰਗ ਤੁਸੀਂ ਦੇਖਦੇ ਹੋ ਅਤੇ ਐੱਲ ਈ ਡੀਜ਼ ਦਾ ਮਸ਼ੀਨ ਵੀ ਤੁਹਾਨੂੰ ਦਿਖਾਈ ਹੈ ਰਿਪੇਅਰਿੰਗ ਦਾ ਸਾਰਾ ਭਾਜੀ ਹੋਰਾਂ ਦਾ ਕੰਮ ਹੈਗਾ ਬੜਾ ਵਧੀਆ ਮਸਾਂ ਭਾਜੀ ਹੋਰਾਂ ਤੋਂ ਅਸੀਂ ਟਾਈਮ ਕੱਢਿਆ ਇਹਨਾਂ ਨੇ ਕਿਉਂਕਿ ਕਸਟਮਰ ਬਹੁਤ ਇਹਨਾਂ ਕੋਲ ਆਉਂਦੇ ਆ ਕੰਮ ਬਹੁਤ ਵਧੀਆ ਇਹਨਾਂ ਦਾ ਔਰ ਬਹੁਤ ਪੁਰਾਣਾ ਕੰਮ ਹੈ ਅਤੇ ਜੋ ਇਹਨਾਂ ਦੀ ਟੀਮ ਹੈਗੀ ਹੈ ਇਹਨਾਂ ਦੀ ਵਰਕਰ ਜੋ ਵੀ 20-20 ਸਾਲ ਦੇ ਮੇਰੇ ਕੋਲ ਸਿੱਖੇ ਨੇ ਮੁੰਡੇ ਸਾਰੇ ਹਾਂਜੀ ਸਾਰੇ ਇਹਨਾਂ ਦੇ ਕੋਲ ਮਤਲਬ ਅੰਮ੍ਰਿਤਸਰ 'ਚ ਸਭ ਤੋਂ ਪੁਰਾਣਾ ਮਕੈਨਿਕ ਹੈ ਮੈਂ ਕਾਫੀ ਸਾਲ ਹੋ ਗਏ ਮੈਨੂੰ ਕੰਮ ਕਰਦੇ ਐਚ ਐਫ ਦੇ ਨਾਮ ਤੋਂ ਹਰਪਾਲ ਸਿੰਘ ਜੀ ਦੇ ਨਾਮ ਤੋਂ ਇਹਨਾਂ ਦਾ ਚੱਲਦਾ ਅਤੇ ਭਾਜੀ ਜਾਂਦੇ ਜਾਂਦੇ ਤੁਸੀਂ ਹੁਣ ਆਪਣਾ ਪ੍ਰੋਪਰ ਐਡਰੈਸ ਆਪਣੀ ਫਰਮ ਦਾ ਨਾਮ ਔਰ ਨੰਬਰ ਦੱਸ ਦਿਓ ਵੀ ਜਿਨ੍ਹਾਂ ਨੇ ਪੋਸਟ ਕਰਨੀ ਤੁਹਾਨੂੰ ਕਰ ਸਕਦੇ ਜੀ ਸਾਡਾ ਐਚ ਐਸ ਇਲੈਕਟ੍ਰੋਨਿਕਸ ਹਰਪਾਲ ਇਲੈਕਟ੍ਰੋਨਿਕਸ ਦੇ ਨਾਂ 'ਤੇ ਵੀ ਲੋਕ ਜਾਣਦੇ ਨੇ ਹਾਲ ਬਾਜ਼ਾਰ ਅੰਮ੍ਰਿਤਸਰ ਦੇ ਵਿੱਚ ਆ ਜੌਨਸਨ ਮਾਰਕੀਟ ਦੇ ਬਿਲਕੁਲ ਸਾਹਮਣੇ ਬਹਾਦਰ ਚੰਦ ਐਂਡ ਕੰਪਨੀ ਦੇ ਉੱਪਰ ਆ ਸੈਕਿੰਡ ਫਲੋਰ ਤੇ ਹਾਂਜੀ ਭਾਜੀ ਨੰਬਰ ਵੀ ਦੱਸ ਦਿਓ ਜੀ ਫੋਨ ਨੰਬਰ ਸਾਡਾ 9919528356 ਇੱਕ ਹੋਰ ਨੰਬਰ ਆ 9919521956 ਅਤੇ ਸਾਨੂੰ ਵੀ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਅਤੇ ਜੋ ਭਾਜੀ ਹੋਰਾਂ ਦਾ ਐਡਰੈਸ ਹੈ ਨੰਬਰ ਹੈ ਉਹ ਹਰ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਅਸੀਂ ਆਪਣੇ ਯੂਟਿਊਬ ਦੀ ਡਿਸਕ੍ਰਿਪਸ਼ਨ ਦੇ ਵਿੱਚ ਫੇਸਬੁੱਕ ਅਤੇ ਇੰਸਟਾ ਸਭ ਕਿਤੇ ਸਾਡਾ ਅਕਾਊਂਟ ਆ ਅਨਲੋਕ ਬਾਜ਼ਾਰ ਦਾ ਉਹਦੇ ਵਿੱਚ ਅਸੀਂ ਤੁਹਾਨੂੰ ਦੇ ਦਾਂਗੇ ਭਾਜੀ ਹੋਰਾਂ ਦਾ ਜੋ ਲਿੰਕ ਹੋਊਗਾ ਇਹਨਾਂ ਦੇ ਐਡਰੈਸ ਦਾ ਉਹ ਵੀ ਵਿੱਚ ਉਹਦੇ ਵਿੱਚ ਅਟੈਚ ਕਰ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਤੁਸੀਂ ਸਾਡੀ ਵੀਡੀਓ ਦੇ ਥੱਲੇ ਵੈਲਿਊਏਬਲ ਆਪਣੇ ਕਮੈਂਟਸ ਦੇ ਰਹੇ ਹਾਂ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਅਤੇ ਹੋਰ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅਨਲੋਕ ਬਾਜ਼ਾਰ ਅਗਲੀ ਵੀਡੀਓ ਦੇ ਨਾਲ ਜਲਦੀ ਮਿਲਦੀ ਸਤਿ ਸ਼੍ਰੀ ਅਕਾਲ ਜੀ।